ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ अपना बोली मेरी कोई गल नहीं सुन इना रश मेरे वीर आ गई सराजा ढाबे भाजी मैं ब्लॉग बना दे करो पहला नहीं खाई दा स्नैपचैट सॉरी ब्लॉग बनने का होता ला समझाया कर कुछ है प्लीज समझाया कर मैं आप देख ला दे मेरे वीर हूं आप इतने चाचू नी चाह आप पी लीजिए दो दो तीन तीन कप हूँ देखो स्लोमो बनने लगी जे मैं भी बना रहा स्लोमो नाल इधरों भी ले ली फोटो आप आए जी मेरी राजा ढाबे तो लगता पे कि आप लुधियाने आ गए हैं तो इना आप सफर 2 घंटे का मेरे ख्याल 2.5 घंटे सुता क्यों पे आया थोड़ा एनर्जी नाल बोल ये एनर्जी हम खत्म होगी ना अच्छा बस जो ये आप गुआवा का ये पियाँगे जूस जरा फ्लेवर ही फ्लेवर ना भरे हुआ है इस तो बाद सू एनर्जी एनर्जी आऊगी पूरी तो ये भी की कहते एनर्जी का तो उल्टा पासा इंग्लिश लेजी ये भी लेजी बने हुए ने है थोड़ी 50% एनर्जी मेरे को 100 आ रही का नहीं नहीं 50% एनर्जी है हूँ आप जावे वीरे जी जलंधर जाते जाते सू रात पै जूगी तो अब जो आप उधरों की आवेंगे तो सानू रात के बजन के एक दो नहीं मैं कुछ नहीं कर रहा मैं बैठा दूसरे हरियाणी बोल तू हरियाणा आई सी पिछले कुछ दिन पहला तेनू हरियाणी भी नहीं आई हले तक अच्छा नहीं है कि दो दिन हरियाणवी आने आई नु 20 साल से नहीं आई ते नु दो दिन हां नहीं तुसी ज्यादा उम्र हो गई है हाथ पे जंदा वे मतलब लोग ने फोटो फोटो करानी होनी है ने भरावा ने मुड़ना है डबरा चीनी दी बोरी सच्चे एक वो है अभी हुंदी हो ना किन्नियां भाई ਤੁਹਾਡੇ ਸਰੀਰ ਤੇ ਕਮੈਂਟ ਕੀਤਾ ਇਹਨੇ ਕਹਿੰਦੀ ਕੀਤਾ ਸਰੀਰ ਤੇਰਾ ਚੀਨੀ ਦੀ ਬੋਰੀ ਵਰਗਾ ਹੋਇਆ ਹੋਇਆ ਹੁੰਦਾ ਯਾਰ ਕੁਝ ਨਹੀਂ ਹੁੰਦਾ ਜਿਹੜਾ ਮਰਜ਼ੀ ਕਰ ਲੈ ਕਹਿੰਦਾ ਇਹ ਡਰਦੀ ਨਹੀਂ ਛੋਰੇ ਤੂੰ ਘਣਾ ਬਦਤਮੀਜ਼ ਹੋ ਰਿਹਾ ਸੀ ਮੈਂ ਕਿ ਬਦਤਮੀਜ਼ ਹੋ ਰਿਹਾ ਤੂੰ ਜਮਾ ਆਲੇ ਆਦੀ ਰੱਖਿਆ ਮਾਰ ਕੇ ਲਾਫਾ ਧਾਰਾ ਮੂੰਹ ਤੋੜ ਦੂੰ ਮੈਂ ਆਣੀ ਨਹੀਂ ਡਈ ਤੁਹਾਨੂੰ ਤੇ ਐਵੇਂ ਬਸ ਆ ਕੀ ਦੇਖ ਉਹ ਵੇਖ ਰਿਹਾ ਹੈ ਕਿ ਇਨਫਲੂਐਂਸਰ ਬੈਠੇ ਨੇ ਦੇਸੀ ਗਰੂ ਵਾਲੀ ਇਹਦਾ ਹਾਂ ਜੀਬੀ ਜੈਂਸ ਬੋਇਸ ਅੰਮ੍ਰਿਤਸਰ ਵਾਲੇ ਆ ਤਾਂ ਵਿਸ਼ੇ ਲਿਖਿਆ ਨੇ ਦੇਸੀ ਗਰੂ The next morning. आलू खान लगा चम्मच दे दो बस
गुड मॉर्निंग करो सारे। गुड मॉर्निंग की हाल चाल पाजी। नहीं बस तैयार होने लगे, मैं बॉडी दिखानी सी। लो मेरे वीरो, सानू बूट पाने का मौका नहीं मिला। इन्नी जल्दी है, इन्नी काल, एक मिनट, इन्नी काल है जी। की हाल ने भाजी, लैनी है? बाय। हुण आपां जलंधर अपना काम कुम करके हुण आपां पहुंचे लुधियाने। बेसिकली जदों आपां काम करन जांदे जलंधर, आपां नाल दे नाल उसे दिन ही मुड़े आने जदों सानू 3-4 बज जांदे चंडीगढ़ आंदे। पर अज कुछ ऐसा काम पै गया कि भी साडी मीटिंग, मतलब यह वड्डे बंदे साडी मीटिंगां हुंदियां आ 3-4 बजे, सो आपां उत्थे रुक गए सीगे। सो इस टाइम आपां आए आ लुधियाने ਪੇਦੇ ਘਰ, ਜਿੱਥੇ ਸਾਰਾ ਜਿੱਥੇ ਪ੍ਰੀਤ ਝਾੜੂ ਮਾਰਦੀ ਪਈ ਹੈ। ਬਹੁਤ ਖੁਸ਼ੀ ਹੁੰਦੀ ਕਿ ਕੰਮ ਕਰਕੇ, ਹਾਂ ਬਈ ਕੰਮ ਕਰਦੀ ਪਈ, ਨਹੀਂ ਤੇ ਚੰਡੀਗੜ੍ਹ ਇੰਨੇ ਕਿਹੜਾ ਕੰਮ ਕਰਨਾ, ਕਿਤੇ ਬੈਠੀ ਰਹਿੰਦੀ ਹੈ ਇਹ ਵੀ। ਚਲੋ ਹਾਂ, ਸਾਡਾ ਕੁੱਕ ਆਉਂਦਾ ਚਾਹ ਬਣਾਉਂਦਾ, ਦਾਲ ਦੂਲ ਬਣਾਉਂਦਾ। ਇਸ ਟਾਈਮ ਤੇ ਉਹਨੇ ਅਰਹਰ ਦੀ ਦਾਲ ਬਣਾਈ ਹੋਣੀ। ਅਰਹਰ ਦੀ ਇਹ ਸਾਡਾ ਸੋਤਾ ਪੋਤਾ, ਜਿਮ ਦਾ ਸਮਾਨ। ਆਹ ਬੱਲੇ, ਮੈਂ ਕਿਹਾ ਚੈੱਕ ਕਰੋ ਡਾਇਟ, ਪ੍ਰੀਤ ਦੀ ਡਾਇਟ। ਇਹ 'ਚ ਤਾਂ ਹੈ ਨਹੀਂ, ਇਹ 'ਚ ਕੀ ਹੈ, ਨਹੀਂ ਤਾਂ ਇਹ 'ਚ ਤਾਂ ਕੁਛ ਨਹੀਂ ਹੈਗਾ। ਮੈਂ ਇੱਥੇ ਆ ਰਿਹਾ ਚਾਨਣ, ਇੱਧਰ ਆ ਜਾ। ਕੋਈ ਨਾ, ਤੂੰ ਵੀ ਗੋਰੀਆਂ ਆਉਂਦੀ, ਕੋਈ ਚੱਕਰ ਨਹੀਂ। ਹਾਂ ਗੋਰੀ ਆ, ਪੱਕੀ ਗੱਲ। ਹਾਂ ਹੁਣ ਬੋਲ, ਕਿਹੜਾ ਕੰਮ ਕਰਨਾ? ਅੱਛਾ ਮੇਰੀ ਗੱਲ ਸੁਣ, 25 ਤਰੀਕ ਨੂੰ ਨਾ ਮੇਰੀ ਫਰੈਂਡ ਦਾ ਬਰਥਡੇ ਆ ਤੇ ਆਪਾਂ ਉੱਥੇ ਜਾਣਾ ਆ, ਠੀਕ ਆ? ਕਿਉਂ ਬਈ, ਮੈਂ ਕਿਉਂ? ਕਿਉਂ 25 ਤਰੀਕ ਨੂੰ ਫਿਰ ਬਰਥਡੇ ਆ? 25 ਤਰੀਕ ਨੂੰ ਮੈਂ ਬਸ ਜ਼ਰੂਰੀ ਕੰਮ ਕਰਨਾ, ਇੱਕ ਮੂਵੀ ਆ ਰਹੀ ਹੈ। ਕਿਹੜੀ? ਦੱਸਾਂ? ਦੱਸਦਾ, ਸੌਂਕਣ ਸੌਂਕਣੀ। ਤੂੰ ਇੱਕ ਮੂਵੀ ਕਰਕੇ ਮੇਰਾ, ਮੇਰੀ ਫਰੈਂਡ ਦਾ ਬਰਥਡੇ ਮਿਸ ਕਰੇਗਾ। ਮੈਂ ਸਾਰਿਆਂ ਦਾ ਬਰਥਡੇ ਮਿਸ ਕਰ ਸਕਦਾ, ਪਰ ਮੈਂ ਉਹ ਮੂਵੀ ਦੇਖਣੀ ਹੈ। ਕਿੰਨੇ ਵਜੇ ਆ ਰਹੀ ਹੈ? 1 ਵਜੇ। 1 ਵਜੇ ਦੁਪਹਿਰੇ? ਮਤਲਬ ਦੁਪਹਿਰੇ 1 ਵਜੇ? 25 ਸਤੰਬਰ ਨੂੰ? 25 ਸਤੰਬਰ ਨੂੰ ਦੁਪਹਿਰੇ 1 ਵਜੇ ਆ ਰਹੀ ਹੈ। ਬੱਲਾ ਬੱਲਾ, ਮਤਲਬ ਤੂੰ ਇੱਕ ਮੂਵੀ ਕਿਹੜੀ ਹੈ? ਸੌਂਕਣੀ ਤੇ ਮੈਂ ਦੁਬਾਰਾ ਦੇਖਣੀ ਹੈ। ਉਹ ਚਾਹ ਇੱਦਾਂ ਦਾ ਕਿ ਮਤਲਬ ਆਪਾਂ ਜਿੰਨੀ ਵਾਰੀ ਦੇਖੀ ਉਨੀ ਵਾਰੀ ਘੱਟ ਹੈ, ਹੈ ਨਾ ਭਾਜੀ? ਪਸੰਦ ਆ ਗਈ ਤੈਨੂੰ? ਬਹੁਤ ਜ਼ਿਆਦਾ। ਚੱਲ ਠੀਕ ਹੈ, ਫਿਰ ਮੈਂ ਵੀ ਦੇਖੂੰਗੀ। ਵੈਸੇ ਬਰਥਡੇ ਸ਼ਾਮੀ ਆ ਤੇ ਆਪਾਂ ਸ਼ਾਮ ਨੂੰ ਜਾਵਾਂਗੇ, ਪਹਿਲਾਂ ਮੂਵੀ ਦੇਖ ਲਾਂਗੇ। ਮੂਵੀ ਦੇਖ ਕੇ ਜਾਵਾਂਗੇ ਫਿਰ, ਠੀਕ ਹੈ? 1 ਵਜੇ ਮੂਵੀ ਦੇਖ ਕੇ 4-3 ਵਜੇ ਤੱਕ ਖਤਮ ਹੋ ਜੂਗੀ, ਸ਼ਾਮੀ ਸਾਰੇ ਰੈਡੀ ਹੋ ਕੇ। ਤੁਸੀਂ ਪੰਜਾਬੀ ਤੇ ਆ ਰਹੀ ਹੋ? ਜੀ ਪੰਜਾਬੀ ਤੇ। ਹਾਂ ਜੀ ਪੰਜਾਬੀ ਦੇਖ ਲਾਂਗੇ, ਇਕੱਠੇ ਰਹਿ ਕੇ ਦੇਖ ਲਾਂਗੇ। ਇਕੱਠੇ ਭਾਜੀ, ਠੀਕ, ਪੱਕੀ ਗੱਲ ਵੇਖਾਂਗੇ। ਠੀਕ ਆ ਭਰਾਵਾ, ਠੀਕ ਹੈ। ਇਹ ਐਡੀਟਿੰਗ ਕਰਦੇ ਆਪਾਂ, ਬਸ ਇਹਨਾਂ ਨੂੰ ਹੋਰ ਕੋਈ ਮਤਲਬ ਹੈ ਨਹੀਂ। ਜੇ ਚੜਦੀ ਰਹਿੰਦੀ ਤੇ ਐਡੀਟਿੰਗ ਕਰਦੇ। ਹਾਂ ਫਿਰ ਚੜਦੇ ਰਹਿੰਦੀ, ਐਡੀਟਿੰਗ ਕਰਦੇ ਰਹਿੰਦੇ, ਦੇਖਿਆ ਜੇ ਚੜਦੀ ਰਹਿੰਦੀ। ਇਹ 2 ਜ਼ਿੰਦਗੀ ਦਾ ਸੂਲ ਤੇ ਗਾਲਾਂ ਕੱਢਦੇ ਰਹਿੰਦੇ ਨੇ। ਤੈਨੂੰ ਕੱਢਣੀਆਂ ਤੇਰੀਆਂ ਕਰਤੂਤਾਂ ਹੀ ਉਹੀ ਆ, ਕੁੱਤੇ ਆਰਾਮ ਦੇ। ਨਹੀਂ ਇਹ ਡਿਲੀਟ ਨਹੀਂ ਕਰਨੀ, ਚਾੜ ਦੇਣੀ ਆ। ਇਹ ਕੀ ਬਲੌਗ ਬਲੌਗ ਬਣਾਈ ਜਾਂਦੇ ਹੁਣ, ਬਸ ਕਰ ਸਫਾਈ ਸਫੂਈ ਕਰ ਲਈਏ ਬੜੀ ਜੀ, ਤੇ ਪਹੁੰਚੀਏ ਫਲੈਟ। ਚੱਲ ਠੀਕ ਹੈ ਭਾਜੀ, ਹਟਾ ਦੋ ਬਨੈਨ ਜਿਹੜੀ ਅੱਗੇ ਪਈ ਆ, ਕਿੰਨੀ ਪੈੜੀ ਲੱਗਦੀ ਪਈ ਆ, ਲੋਕ ਜਾ ਰਹੀ ਆ। ਗੱਡੀ ਸਾਫ਼ ਕਰਨ ਨੂੰ ਰੱਖੀ ਆ ਉਹ। ਬੁਰੀ ਗੱਲ ਬੋਲੀ ਅੱਜ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਡਰਾਈਵਰ ਸਿੱਧਾ ਖਾਈ ਚ ਲੈ ਕੇ ਜਾਂਦਾ, ਸਹੀ ਹੈ ਨਾ?
ਤੇ ਵੀਰੋ ਹੁਣ ਆਪਾਂ ਬਸ ਜਲਦੀ ਫਲੈਟ ਆਪਣੇ ਪਹੁੰਚਣ ਲੱਗੇ ਨਵੇਂ ਸਾਡਾ ਆਇਆ ਹੁਣ ਕੋਕੋ ਨੇ ਸਾਰਾ ਕੁਛ ਸਾਫ਼ ਸਫਾਈ ਕੀਤੀ ਹੈ ਤੇ ਸਾਡੇ ਜਿਹੜੇ ਬੰਦੇ ਖੱਤਰੀ ਹੋਣੀ ਉੱਥੇ ਹੀ ਨੇ ਸਾਰੇ ਨੇ ਪੋਚਾ ਪੋਚਾ ਮਾਰ ਕੇ ਜਾ ਕੇ ਤੁਹਾਨੂੰ ਮਿਲਾਉਂਦੇ ਆ ਆਪਣੀ ਪੂਰੀ ਟੀਮ ਨਾਲ ਪੂਰੀ ਟੀਮ ਨਾਲ ਤੇ ਤਦ ਤੱਕ ਗੁੱਡ ਨਾਈਟ ਸ਼ਬਾ ਖੈਰ ਬਾਏ ਬਾਏ ਤੇ ਗਾਈਸ ਆਪਾਂ ਫਾਈਨਲੀ ਪਹੁੰਚ ਗਏ ਆ ਫਲੈਟ ਤੇ ਜਾ ਕੇ ਚੈੱਕ ਕਰਦੇ ਆ ਫਲੈਟ ਦਾ ਕੀ ਹਾਲ ਮਾਹੌਲ ਤੇ ਸਾਰੇ ਕਿੱਦਾਂ ਹੁਣ ਤੱਕ ਤਾਂ ਸੋ ਗਏ ਹੋਣੇ ਆ ਤੇ ਸਿਮ ਆਪਣਾ ਵਲੌਗ ਹੁਣ ਬੰਦ ਕਰਦੇ ਆ ਬਸ ਕਰ ਬਹੁਤ ਜ਼ਿਆਦਾ ਵੱਡਾ ਵਲੌਗ ਬਣਾ ਲਿਆ ਤੂੰ ਤੇਰਾ ਦਿਮਾਗ ਖਰਾਬ ਹੋ ਗਿਆ ਐਕਚੁਅਲ ਕਹਿਣਾ ਬਕਰ ਨੈਕਸਟ ਮਾਰਨਿੰਗ ਹੋ ਮੇਰੇ ਵੀਰ ਇਹ ਸਾਡਾ ਫਲੈਟ ਇਹ ਸੋਫੇ ਥੋੜ੍ਹੇ ਡਾਇਰੈਕਸ਼ਨ ਟੇਢੇ ਕਰਤੇ ਮੈਂ ਕਿਹਾ ਸਾਨੂੰ ਦਿਖਾਉਣਾ ਨਾ ਥੋੜ੍ਹੀ ਸਾਫ਼ ਸਫਾਈ ਵੀ ਹੋਣੀ ਚਾਹੀਦੀ ਸਾਰੀ ਸਾਫ਼ ਸਫਾਈ ਕੀਤੀ ਹੈ ਅਤੇ ਟੀ ਵੀ ਵੀ ਲੱਗਣਾ ਹਾਲੇ ਇਹ ਸਾਰਾ ਮੈਂ ਕਿਹਾ ਇਹ ਬਾਲਕਨੀ ਇਹ ਚਮਕਾਦੜੇ ਨਿਕਲ ਗਈ ਨਾ ਬਾਹਰ ਉਹ ਮੈਂ ਕੋਈ ਮੇਰੇ ਕੋਲ ਛਾ ਪਿਆ ਕੁਛ ਹਾਂ ਕਿੰਨਾ ਸੋਹਣਾ ਨਜ਼ਾਰਾ ਆਈ ਓਏ ਹੈਲੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਖੋਆ ਕੀ ਬਣਾ ਰਹੀ ਚਾਏ ਲਓ ਮੈਨੂੰ ਚਾਏ ਬਣਾ ਰਹੀ ਸਵੇਰ ਸਵੇਰ ਕੀ ਚਾਏ ਅਤੇ ਇੱਕ ਹੋਰ ਚੀਜ਼ ਆਪਾਂ ਤੁਹਾਨੂੰ ਖਾਂਦੇ ਸਾਡੀ ਸਾਡਾ ਯੂਨੀਅਨ ਬੈਠੀ ਹੈ ਤਿੰਨ ਕਮਰੇ ਨੇ ਇੱਕ ਦੋ ਤਿੰਨ ਹਲੇ ਸੁੱਤੇ ਨੇ ਸਾਡੀ ਛੜਾ ਯੂਨੀਅਨ ਕੀ ਹਾਲ ਚਾਲ ਨੇ ਮੇਰੇ ਮਿੱਤਰੋ ਅੱਖਾਂ ਖੁੱਲੀਆਂ ਨੀ ਕਿਉਂਕਿ ਮੇਰੇ ਟੈਟੂ ਬਣਾਇਆ ਵਾਲਾ ਉਹਨੂੰ ਪਿਆਰ ਹੋ ਗਿਆ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਨੇ ਤੇ ਚੈਨਲ ਵਾਸਤੇ ਕੁਝ ਕਹਿਣਾ ਚਾਹੋਗੇ ਡਾਕਟਰ ਦੇ ਨਿਸ਼ਾਨ ਹੈ ਅੱਛਾ ਡਾਕਟਰ ਚਲੋ ਚੰਗਾ ਫਿਰ ਸੋ ਜਾਓ ਬਣਾਉਣੀ ਸੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਕਿਉਂਕਿ ਹੁਣ ਜਾ ਕੇ ਸਿੱਧਾ ਸੋਣਾ ਹੈ ਨਹਾਉਣਾ ਹੈ ਬੁੱਲੇ ਉੱਠਣੇ ਆ ਕੂਲਰ ਲਾ ਦੇਣਾ ਬੰਦਾ ਵੀ ਦੱਸ ਪਾਏ।